ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਦੋਂ ਸਵੇਰੇ ਠੰਡ ਹੁੰਦੀ ਨਾ ਥੋੜ੍ਹੀ ਥੋੜ੍ਹੀ, ਉਸ ਟਾਈਮ ਬਾਈ ਇੱਥੇ ਧੂਣੀ ਬਾਲ ਲੈਂਦਾ, ਇੱਥੇ ਆਲੇ ਦੁਆਲੇ ਬਹਿ ਜਾਂਦੇ ਅਸੀਂ ਅਤੇ ਠੰਡ ਦੇ ਬਚਣ ਵਾਸਤੇ। ਮਿੱਠੂ ਵੀ ਆ ਜਾਂਦਾ, ਗੱਲਾਂ ਬਾਤਾਂ ਮਾਰਦੇ ਹਾਂ। ਨਿੰਮੇ ਬਾਈ ਨੂੰ ਵੀ ਠੰਡ ਕਿਤੇ ਕਿਤੇ ਲੱਗਦੀ, ਫਿਰ ਇਹਨੂੰ ਫਿਰ ਅੱਗ ਅਸੀਂ ਜ਼ਿਆਦਾ ਬਾਲ ਦਿੰਦੇ ਵਾਸਤੇ। ਪਰਾਲੀ ਰੱਖੀ ਵੀ ਠੰਡ ਬਾਹਰ, ਹਾਂ ਪਰਾਲੀ ਰੱਖੀ ਹੋਈ ਆ। ਇੱਕ ਨਾ ਬਾਈ ਮੈਨੂੰ ਬੰਦੇ ਦਾ ਕਮੈਂਟ ਆਇਆ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ, ਦਿਲ ਬੱਦੇ ਕੇ ਬਾਈ ਬੰਦੇ ਦਾ, ਮੈਂ ਤੁਹਾਨੂੰ ਦੱਸਦਾ, ਪੜ੍ਹ ਕੇ ਦੱਸਦਾ ਤੁਹਾਨੂੰ। ਮੈਂ ਆਪਣੀ ਵੀਡੀਓ ਪਰ ਕਮੈਂਟ ਆਇਆ ਹੋਇਆ ਦਾ, ਉਹਦਾ ਨਾਮ ਹੈਗਾ ਜੀ ਰਾਹੁਲ ਜੱਟ। ਕਹਿੰਦਾ ਵੀਰ ਜੀ ਮੇਰੇ ਡੈਡੀ ਜੀ ਦਾਰੂ ਪੀਂਦੇ ਸੀ। ਅੱਛਾ, ਰਾਹੁਲ ਜੱਟ ਦਾ ਕਮੈਂਟ ਹੈ। ਕਹਿੰਦਾ ਵੀਰ ਜੀ ਮੇਰੇ ਡੈਡੀ ਦਾਰੂ ਪੀਂਦੇ ਸੀ, ਮੈਂ ਤੁਹਾਡੀ ਵੀਡੀਓ ਦਿਖਾਈ ਉਹਨਾਂ ਨੂੰ, ਉਹਨਾਂ ਨੂੰ 20 ਦਿਨ ਹੋ ਗਏ ਦਾਰੂ ਛੱਡੀ ਨੂੰ। ਜੱਟ ਕਦੇ ਤੱਕ ਕਿਹਾ ਕਿਸੇ ਨੂੰ ਦਾਰੂ ਛੱਡਣ ਵਾਸਤੇ? ਨਹੀਂ ਬਾਈ, ਮੈਂ ਪਹਿਲਾਂ ਕਹੇ ਉਹਨੇ ਦੀ ਪਹਿਲਾਂ। ਹਾਂ, ਕਹਿੰਦਾ 20 ਦਿਨ ਹੋ ਗਏ ਦਾਰੂ ਛੱਡੀ ਨੂੰ, ਹੱਥ ਨਹੀਂ ਲਾਇਆ। ਕਹਿੰਦਾ ਉਹਨਾਂ ਨੇ ਦਾਰੂ ਨੂੰ ਹੱਥ ਨਹੀਂ ਲਾਇਆ। ਕਹਿੰਦਾ ਬਹੁਤ ਮੋਟੀਵੇਸ਼ਨ ਮਿਲਦੀ ਵੀ ਤੁਹਾਡੀ ਵੀਡੀਓ ਦੇਖ ਕੇ, ਵੀ ਅੰਦਰ ਊਰਜਾ ਪੈਂਦੀ ਵੀਡੀਓ ਦੇਖ ਕੇ, ਅਤੇ ਹਰ ਰੋਜ਼ ਤੁਹਾਡੀ ਵੀਡੀਓ ਦੇਖਦੇ ਆ ਹੁਣ ਉਹ ਤੁਹਾਡਾ ਪੂਰਾ ਪਰਿਵਾਰ ਇਕੱਠੇ ਬੈਠ ਕੇ। ਕਹਿੰਦਾ ਵੀ ਸਾਡੀ ਸਾਰਾ ਪਰਿਵਾਰ ਇਕੱਠਾ ਬੈਠ ਕੇ ਤੁਹਾਡੀ ਵੀਡੀਓ ਦੇਖਦਾ। ਲਵ ਯੂ, ਤੁਹਾਨੂੰ ਬਹੁਤ ਇਨਸਾਨ ਹੈ ਤੁਸੀਂ ਸਾਡੇ ਪਰਿਵਾਰ। ਕਹਿੰਦਾ ਵੀ ਤੁਹਾਡਾ ਬਹੁਤ ਇਨਸਾਨ ਇਨਸਾਨ ਨਹੀਂ ਕਿਆ ਕਹਿੰਦੇ ਹੁੰਦੇ ਆ, ਆਸਾਨ ਆਸਾਨ ਹੈ ਤੁਹਾਡਾ ਸਾਡੇ ਪਰਿਵਾਰ ਪਰ। ਜੇ ਸਾਡੇ ਡੈਡੀ ਨੂੰ ਦਾਰੂ ਪੀਣ ਤੋਂ ਹਟਾ ਦਿੱਤਾ, ਦਾਰੂ ਪੀਣ ਤੋਂ ਹਟ ਛੱਡਤਾ। ਚਲੋ ਬਾਈ, ਇੱਕ ਸਾਡੀ ਵੀਡੀਓ ਕਰਕੇ ਕਿਸੇ ਦਾ ਭਲਾ ਹੋਇਆ ਬਾਈ? ਚਲੋ ਹਾਂ, ਦਾਦਾ ਜੀ ਉਹ ਹੋਇਆ ਸਿੱਧੇ ਰਾਹ ਪਿਆ, ਕੋਈ ਬੰਦਾ ਸਿੱਧੇ ਰਾਹ ਪਿਆ ਦੇਖੋ ਸਾਡੀ ਵੀਡੀਓ ਕਰਕੇ। ਵੈਸੇ ਦੇਖੋ ਦਰਸ਼ਨ ਬਾਈ, ਗੱਲ ਇਹਦੇ ਵਿੱਚ ਕਈ ਗੱਲਾਂ ਆ ਜਾਂਦੀਆਂ, ਦਾਰੂ ਬੰਦਾ ਕਿੱਦਾਂ ਛੱਡ ਦਿੰਦਾ ਕਈ ਵਾਰ, ਤਾਂ ਵੀ ਬੰਦੇ ਨੂੰ ਕੋਈ ਗੱਲਾਂ ਆਪਣੀ ਕੋਈ ਦਿਲ ਪਰ ਲੱਗ ਜਾਂਦੀ ਆ, ਪੁਰਾਣੀ ਚੇਤੇ ਆ ਜਾਂਦਾ, ਕੋਈ ਗੱਲ ਦਿਲ ਪਰ ਲੱਗ ਜਾਂਦੀ। ਦੇਖੋ ਹੁਣ ਕਈ ਬੰਦੇ ਮੈਨੂੰ ਵੀ ਕਹਿ ਦਿੰਦੇ ਆ, ਕਹਿੰਦੇ ਬਾਈ ਤੂੰ ਬਾਹਰ ਤੇ ਆ ਕੇ ਸਰਦਾਰ ਬਣ ਗਿਆ। ਇੱਕ ਬੰਦਾ ਮੈਨੂੂੰ ਵੀ, ਇੱਕ ਬੰਦੇ ਨੇ ਟੈਲੀਫੋਨ ਵੀ ਆ, ਕਹਿੰਦਾ ਮੈਂ ਤੈਨੂੰ ਬਾਈ ਤੇਰੇ ਦੇਖ ਦੇਖ ਕੇ ਮੈਂ ਹੀ ਪਰਨਾ ਬੰਨਣ ਲੱਗ ਗਿਆ, ਪਹਿਲਾਂ ਕਹਿੰਦਾ ਮੈਂ ਰੋਡਾ ਦਾ, ਮੈਂ ਸਰਦਾਰ ਬਣ ਗਿਆ। ਬਿਲਕੁਲ ਹੁੰਦਾ, ਹਾਂ ਬਹੁਤ ਚੇਂਜ ਹੋ ਜਾਂਦੇ। ਹਾਂ, ਫੋਲੋ ਕਰਦੇ ਵੀ ਬੰਦੇ ਮਾੜੀ ਮਾੜੀ ਗੱਲ, ਜਿੱਦਾਂ ਹੁਣ ਸਾਨੂੰ ਵੀ ਇਸ ਗੱਲ ਦਾ ਬੜਾ ਗੌਰ ਰੱਖਣੀ ਪੈਂਦੀ ਆ, ਵੀ ਹੁਣ ਇੱਕ ਬੰਦੇ ਨੇ ਐਂ ਵੀ ਕਹਿ ਦਿੱਤਾ ਵਿੱਚ, ਕਹਿੰਦਾ ਬਾਈ ਇੱਦਾਂ ਸਨੋਅ ਪੈ ਰਹੀ ਸੀ ਬਹੁਤ, ਕਹਿੰਦਾ ਮੇਰਾ ਟਰੱਕ ਰਸਤੇ 'ਚ ਫਸ ਗਿਆ, ਵੀ ਟਰੱਕ ਰਸਤੇ 'ਚ ਫਸ ਗਿਆ। ਕਹਿੰਦਾ ਭਾਈ ਮੈਨੂੰ ਠੰਡ ਲੱਗੇ ਬਹੁਤ, ਸਾਹਮਣੇ ਕੋਈ ਮੈਕਡੋਨਲ ਦੇਖਿਆ, ਕਹਿੰਦਾ ਮੈਂ, ਕਹਿੰਦਾ ਮੀਟ ਨੂੰ ਕਦੇ ਹੱਥ ਨਹੀਂ ਦਿਲਾ, ਤੇਰੀ ਵੀਡੀਓ ਦੇਖੀ ਮੈਂ ਮੱਛੀ ਖਾਧੀ, ਕਹਿੰਦਾ ਤੁਹਾਨੂੰ, ਕਹਿੰਦਾ ਕਦੇ ਠੰਡ 'ਚ ਨਾ ਮਰ ਜਾ। ਐਂ ਵੀ ਹੋ ਜਾਂਦਾ, ਪੰਡ ਚੱਕੀ ਜਾਂਦਾ ਕੱਖ ਪਾਉਣ ਲੱਗਿਆ ਉਧਰ ਦੇਖ ਲੈ, ਏਦਾਂ ਹੋ ਜਾਂਦਾ ਬਾਈ। ਦੇਖ ਹੁਣ ਇੱਕ ਬੰਦਾ ਤਾਂ ਦਾਰੂ ਛੱਡ ਗਿਆ, ਇੱਕ ਬੰਦੇ ਨੇ ਕਦੇ ਜ਼ਿੰਦਗੀ 'ਚ ਮੀਟ ਨਹੀਂ ਖਾਧਾ, ਉਹਨੇ ਮੱਛੀ ਖਾਧੀ ਠੰਡ ਦੇ ਬਚਣ ਵਾਸਤੇ। ਉਹ ਤਾਂ ਆਪਣੀ ਜਾਨ ਬਚਾਉਣੀ ਸੀ। ਹਾਂ, ਇੱਦਾਂ ਵੀ ਗੱਲਾਂ ਹੋ ਜਾਂਦੀਆਂ। ਜੇ ਉਹ ਨਾ ਖਾਂਦਾ ਉਹਨਾਂ ਕਹਿਣਾ ਵੀ ਮੈਂ, ਵੀ ਜੇ ਕੋਈ ਚਾਨਸ ਗੱਲ ਹੋ ਜਾਂਦੀ ਨਾ ਉਹਨਾਂ ਸੋਚਣਾ, ਤਾਂ ਮੈਂ ਜੇ ਅਮਲ ਕਰ ਲੈਂਦਾ ਖਾਲ ਪੀ ਲੈਂਦਾ ਫਿਰ ਚੰਗਾ ਰਹਿੰਦਾ। ਵੀ ਦੇਖੋ ਹੁਣ ਉਹ ਕਹਿੰਦਾ ਵੀ ਪੂਰੀ ਸਨੋਅ ਪੈ ਰਹੀ ਤੇ ਉੱਥੇ, ਵੀ ਜਿਹੜੇ ਬਾਹਰ ਬੰਦੇ ਟਰੱਕ ਚਲਾਉਂਦੇ ਦੇਖੋ, ਜੇ ਕਿਤੇ ਰਸਤੇ 'ਚ ਖੜ ਜਾਂਦਾ ਟਰੱਕ ਵੀ ਉੱਥੇ ਬਰਫੇ ਪਈ ਜਾਂਦੀ ਹੈ, ਠੀਕ ਹੈ ਨਾ। ਕਹਿੰਦਾ ਵੀ ਇੱਕ ਦਿਨ ਮੈਂ ਪਤਾ ਨਹੀਂ ਵੀਡੀਓ 'ਚ ਗੱਲ ਕੋਈ ਕਹੀ ਦਿੰਦੇ ਵੀ ਸਮੇਂ ਦੇ ਹਿਸਾਬ ਨਾਲ ਬੰਦੇ ਜਿੱਦਾਂ ਦੇ ਪੈਦਾ ਕਰਨੀ ਚਾਹੀਦੀ। ਹਾਂ ਹਾਂ, ਇੱਕ ਮੈਂ ਹੁਣ ਬੰਦੇ ਨੂੰ ਉਹਦੇ ਨਾਲ ਚੱਲਣਾ ਚਾਹੀਦਾ, ਚੱਲਣਾ ਚਾਹੀਦਾ। ਹੁਣ ਮੈਂ ਕਿਹਾ ਵੀ ਜਿੱਥੇ ਠੰਡ ਪੈਂਦੀ, ਮੈਂ ਇੱਕ ਦਿਨ ਆਇਓ ਕਿਹਾ ਤੇ ਵੀਡੀਓ ਦੇ ਵਿੱਚ, ਮੇਰੇ ਯਾਦ ਹੈ ਗੱਲ ਇਹ, ਵੀ ਮੈਂ ਐਂ ਕਹਿੰਦੇ ਵੀ ਸਮੇਂ ਦੇ ਹਿਸਾਬ ਨਾਲ ਬੰਦੇ ਨੂੰ ਖਾਣਾ ਚਾਹੀਦਾ, ਠੀਕ ਹੈ। ਵੀ ਜੋ ਜਿਹੜੇ ਬੰਦੇ ਠੰਡੇ ਮੁਲਕਾਂ 'ਚ ਰਹਿੰਦੇ ਆ, ਜਿੱਥੇ ਹੁਣ ਮੈਂ ਨੌਰਵੇ 'ਚ ਰਹਿੰਦਾ ਬਾਈ, ਤਕਰੀਬਨ ਉੱਥੇ ਵੀ ਸਮਝ ਲੈ 2 ਕੁ ਮਹੀਨੇ ਗਰਮੀ ਪੈਂਦੀ ਹੈ, ਇੰਨੀ ਜ਼ਿਆਦਾ ਵੀ ਨਹੀਂ ਹੈਗੀ ਵੀ ਕੋਟ ਆਪਾਂ ਬਾਹਰ ਰੱਖ ਹੀ ਨਹੀਂ ਸਕਦੇ ਹੈਗੇ, ਵੀ ਪਾ ਕੇ ਰੱਖਣੇ ਪੈਂਦੇ ਆ, ਠੰਡੇ ਰਹਿੰਦੀ ਉੱਥੇ। ਮੈਂ ਕਹਿੰਦਾ ਗੋਰੇ ਕੋਈ ਮੀਟ ਖਾਂਦੇ ਉੱਥੇ,
ਉਹੀ ਚੱਕਰ ਉਹਨਾਂ ਨੂੰ ਪਤਾ ਆ ਵੀ ਲਾ ਦੇ ਉਹ ਉਧਰ ਦੇ ਸਾਹਬ ਚ ਟਲੇ ਹੋਏ ਆ ਮੇਰੀ ਇੱਕ ਗੋਰੇ ਨਾਲ ਗੱਲ ਚੱਲ ਵੀ ਉੱਥੇ ਕਹਿੰਦਾ ਵੀ ਅਸੀਂ ਏਦਾਂ ਹੀ ਬੈਠੇ ਬੈਠੇ ਜਿੱਦਾਂ ਗੱਲਾਂ ਕਰਨ ਲੱਗਦਾ ਗੱਲਾਂ ਚੱਲਦੇ ਆ ਕਹਿੰਦੇ ਵੀ ਤੁਸੀਂ ਕਿਆ ਖਾਂਦੇ ਮੈਂ ਕੱਲਾ ਅਸੀਂ ਵੈਜ ਖਾਂਦੇ ਗੋਰਾ ਮੇਰੇ ਮੂੰਹ ਵੱਲ ਨੂੰ ਦੇਖੇ ਕਹਿੰਦਾ ਹੈਰਾਨ ਹੋ ਗਿਆ ਦੇਖ ਕੇ ਉਹ ਕਹਿੰਦਾ ਤੁਸੀਂ ਕੱਲਾ ਵੈਜ ਖਾਂਦੇ ਆ ਕਹਿੰਦਾ ਤੁਸੀਂ ਜਿਉਂਦਾ ਕਿੱਦਾਂ ਕਹਿੰਦਾ ਐਂ ਕਹੇ ਮੈਂ ਫਿਰ ਉਹਨੂੰ ਕਿਹਾ ਵੀ ਦੇਖੋ ਮੈਂ ਕਿਹਾ ਜਿਹੜਾ ਸਾਡਾ ਉੱਧਰ ਫਿਰ ਉਹਨੂੰ ਸਮਝਾਇਆ ਮੈਂ ਕਿਹਾ ਜਿਹੜਾ ਸਾਡਾ ਪੰਜਾਬ ਦੇ ਵਿੱਚ ਵੈਜੇ ਆਪਣਾ ਵੀ ਤੁਹਾਡੇ ਇੰਨਾ ਉਹਦੇ ਵਿੱਚ ਇੰਨਾ ਪ੍ਰੋਟੀਨ ਆ ਵੀ ਇੰਨੀ ਐਨਰਜੀ ਉਹਦੇ ਵਿੱਚ ਵੀ ਇੰਨੀ ਐਨਰਜੀ ਨੇ ਮੈਂ ਉਹਦੇ ਵਿੱਚ ਗੋਰੇ ਨਾਲ ਜਿਹੜੀ ਗੱਲ ਚੱਲਦੀ ਸੀ ਮੈਂ ਕਿਹਾ ਵੀ ਦੇਖੋ ਤੁਸੀਂ ਇੱਧਰ ਠੰਡਾ ਮੁਲਕ ਹੈ ਆਹੀ ਗੱਲ ਚੱਲ ਪਈ ਸੀ ਨਾ ਉੱਧਰ ਵੀ ਓਲਾ ਟੋਕਰੀ ਦਾ ਟੋਕਰੀ ਚੱਕੀ ਆਉਂਦਾ ਦੇਖ ਲੋ ਵੈਜੀਟੇਬਲ ਖਾਂਦੇ ਆ ਦੇਖੋ ਜੀ ਏਦਾਂ ਗੱਲਾਂ ਹੋ ਜਾਂਦੀ ਦੇਖੋ ਵੀ ਉਹ ਜਿਹੜੇ ਗੋਰੇ ਵਾਲੇ ਉਹ ਨੋਨ ਵੈਜ ਖਾਂਦੇ ਮੈਂ ਕਿਹਾ ਵੀ ਜਿਹੜੇ ਸਾਡੇ ਇੰਡੀਅਨ ਆ ਵੀ ਜ਼ਿਆਦਾਤਰ ਵੈਜੀਟੇਬਲ ਹੀ ਖਾਂਦੇ ਆ ਇੱਦਾਂ ਜਿੱਦਾਂ ਸਾਡੀ ਪਹਿਲਾਂ ਗੱਲ ਚੱਲਦੀ ਸੀ ਵੀ ਇੱਕ ਸਾਨੂੰ ਕਮੈਂਟ ਆਇਆ ਸੀ ਰਾਹੁਲ ਜੱਟ ਦਾ ਵੀ ਦਾਰੂ ਛੱਡਦੀ ਸੀ ਕੋਈ ਮੋਟੀਵੇਸ਼ਨ ਵੀ ਇੱਕ ਨਾ ਹੁਣ ਅਸੀਂ ਕੋਈ ਵੀਡੀਓ ਪਾ ਦਿੰਦੇ ਬੰਦੇ ਕੋਈ ਸਾਨੂੰ ਫੋਲੋ ਕਰਦੇ ਆ ਠੀਕ ਹੈ ਠੀਕ ਹੈ ਨਾ ਹੁਣ ਜਿੱਦਾਂ ਮੈਂ ਬੰਦਾ ਦੇਖੋ ਨਾ ਮੀਟ ਖਾ ਲਿਆ ਇੱਕ ਬੰਦੇ ਨੇ ਦਾਰੂ ਛੱਡਤੀ ਚਲੋ ਗੱਲਾਂ ਹੁੰਦੀਆਂ ਰਹਿੰਦੀਆਂ ਇੱਦਾਂ ਹੀ ਨਾ ਇੱਕ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਜੱਸੀ ਨਹੀਂ ਤਾਂ ਇਹ ਆਸਟ੍ਰੇਲੀਆ ਵਾਲਾ ਹਾਂ ਉਹਨੇ ਪਾਣੀ ਪੀਣਾ ਭਾਈ ਸਵੇਰ ਤਾਂ ਜੂਹ ਉਹਨੇ ਪਾਣੀ ਪੀਣ ਲੱਗਣਾ ਵੀ ਇੱਕ ਨੰਬਰ ਜਾਂਦੇ ਬਾਥਰੂਮ ਕਰਨ ਗਿਆ ਉਹ ਕਹਿੰਦਾ ਉਹਨੂੰ ਮੈਂ ਕਿਹਾ ਵੀ ਤੂੰ ਇੰਨਾ ਪਾਣੀ ਕਾਹਦੇ ਪੀਂਦਾ ਕਹਿੰਦਾ ਵੀ ਜਦ ਤੱਕ ਮੈਂ ਕੋਈ ਚੀਜ਼ ਨਹੀਂ ਖਾਂਦਾ ਚਾਹ ਨਹੀਂ ਪੀਂਦਾ ਹੈਗਾ ਜਦ ਤੱਕ ਰੋਟੀ ਨਹੀਂ ਖਾਂਦਾ ਹੈਗਾ ਜਦ ਤੱਕ ਨਾ ਵੀ ਜਿਹੜਾ ਮੈਂ ਬਾਥਰੂਮ ਕਹਿੰਦਾ ਸਾਫ਼ ਨਹੀਂ ਆਉਂਦਾ ਹੈਗਾ ਕਹਿੰਦਾ ਜਦ ਮੈਂ ਦੇਖਿਆ ਵੀ ਹੁਣ ਇੱਕ ਵਾਰ ਕਰਿਆ ਪਿਲਾ ਆ ਗਿਆ ਦੂਜੀ ਵਾਰ ਫਿਰ ਪਿਲਾ ਆ ਗਿਆ ਜਾਂ ਤੀਜੀ ਵਾਰ ਸਾਫ਼ ਆ ਗਿਆ ਫਿਰ ਉਹ ਚਾਹ ਪੀਂਦਾ ਸੀ ਉਹਨੂੰ ਗਰਮੀ ਤੀ ਹਾਂ ਗਰਮੀ ਨਹੀਂ ਤੇ ਕੋਈ ਦੱਸਦਾ ਸੀ ਕੋਈ ਡੀਹਾਈਡਰੇਟ ਕੋਈ ਹੁੰਦੀ ਕਹਿੰਦਾ ਮੈਨੂੰ ਜਿੰਨੀ ਕੁ ਮੈਨੂੰ ਨੌਲੇਜ ਤੀ ਉਹਨੇ ਮੈਨੂੰ ਐਂ ਕਿਹਾ ਇਹੀ ਗੱਲ ਕਾਲਾ ਫੋਲੋ ਕਰਨ ਲੱਗ ਗਿਆ ਹੁਣ ਅੱਛਾ ਕਾਲਾ ਹੁਣ ਸਵੇਰੇ ਉੱਠ ਕੇ ਪਾਣੀ ਪੀਂਦਾ ਜ਼ਿਆਦਾ ਮੈਂ ਹੁਣ ਕਹਿੰਦਾ ਵੀ ਮੈਂ ਵੀ ਉੱਦਾਂ ਹੀ ਕਰਨ ਲੱਗਾ ਇੱਦਾਂ ਗੱਲਾਂ ਹੋ ਜਾਂਦੀਆਂ ਦੇਖੋ ਵੀ ਜਿੱਦਾਂ ਹੁਣ ਕਿਸੇ ਬੰਦੇ ਸਾਡੀ ਕੋਈ ਵੀਡੀਓ ਦੇਖੀ ਉਹਨੇ ਦਾਰੂ ਛੱਡਤੀ ਹੁਣ ਕਿਸੇ ਬੰਦੇ ਨੇ ਸਾਡੀ ਗੱਲ ਦੇਖ ਕੇ ਮੀਟ ਖਾਣ ਲੱਗ ਗਿਆ ਦੇਖੋ ਹੁਣ ਜੱਸੀ ਕੋਲ ਸਾਹਮਣੇ ਉਹਨੇ ਗੱਲ ਕੀਤੀ ਵੀ ਦੇਖ ਬੋਡੀ ਜਦ ਤੱਕ ਵੀ ਆਪਣੀ ਸਾਰੀ ਬੋਡੀ ਵਾਸ਼ ਹੋ ਜਾਂਦੀ ਆ ਪਾਣੀ ਨਾਲ ਵੀ ਸਰ ਪਾਣੀ ਪੀ ਕੇ ਨਾ ਸਰ ਜਿੰਨਾ ਵੀ ਪਾਣੀ ਪੀਣਾ ਚਾਹੀਦਾ ਸਵੇਰੇ ਉੱਠ ਚਾਹ ਸਵੇਰੇ ਕੋਸਾ ਵੀ ਭਾਵੇਂ ਜੋ ਮਰਜ਼ੀ ਪੀਂਦੇ ਮੈਂ ਗੱਲ ਭਾਵੇਂ ਕੋਸਾ ਪੀਓ ਗਰਮ ਪੀਓ ਉਹ ਕਹਿੰਦੇ ਵੀ ਇੰਨਾ ਪਾਣੀ ਪਹਿਲਾਂ ਪਾਣੀ ਦੋ ਤਿੰਨ ਪਾਣੀ ਦੀ ਬੋਤਲਾਂ ਪੀਣਾ ਉਹਨੇ ਬਾਥਰੂਮ ਕਰਨਾ ਸਾਰਾ ਬੋਡੀ ਦਾ ਜਿੰਨਾ ਵੀ ਫਿਰ ਉਸ ਤੋਂ ਬਾਅਦ ਖਾਂਦਾ ਪੀਂਦਾ ਸੀ ਜੱਟ ਤੂੰ ਵੀ ਪਾਣੀ ਪੀਏਗਾ ਸਵੇਰੇ ਉੱਠ ਕੇ ਪਾਣੀ ਕਿੱਥੇ ਪੀ ਹੁੰਦਾ ਬਾਈ ਹਫ਼ਤੇ ਤੋਂ ਕਿਉਂ ਸਿੱਧੀ ਦਾਰੂ ਏ ਨਾ ਨਾ ਚਾਹ ਪੀਦੀ ਆਪਾਂ ਤਾਂ ਅੱਛਾ ਪੌਣੇ ਲੀਟਰ ਵਾਲਾ ਕੱਪ ਭਰ ਕੇ ਗਲਾਸ ਇੱਕ ਭਰ ਕੇ ਗਰਮੀ ਆਉਂਦੀ ਸਰੇ ਨੂੰ ਆ ਚੱਗੇ ਕੱਪੜੇ ਖੋਲਣੇ ਜੀ ਕਰਦਾ ਹੁਣ ਠੰਡ ਵਿੱਚ ਵੀ ਮੱਛੀ ਖਾਧੀ ਹੋਈ ਹੈ ਚਿਕਨ ਤਾਂ ਜੜਾਂ 'ਚ ਫਸ ਜਾਂਦਾ ਬਾਈ ਬਾਈ ਨਾ ਇਹਦਾ ਡਾਇਲੋਗ ਇੰਨਾ ਮਸ਼ਹੂਰ ਹੋਇਆ ਪਿੰਡ 'ਚ ਹਰੇਕ ਜਦੋਂ ਮੋੜ ਪਰ ਖੜਦੇ ਆ ਨਿੰਮੇ ਨੂੰ ਐਂ ਛੇੜ ਦਿੰਦੇ ਆ ਦੇਖੋ ਵੀ ਇਹ ਗੱਲਾਂ ਹੋ ਜਾਂਦੀਆਂ ਪਿੰਡ ਦੇ ਵਿੱਚ ਖੜੇ ਆ ਇੱਕ ਵੀਡੀਓ ਬਣਾਉਣ ਤੇ ਪਾਉਣ ਤੱਕ ਤਾਂ ਬੜੀ ਮਿਹਨਤ ਹੋ ਜਾਂਦੀ ਲਓ ਜੀ ਆਹ ਛੋਟੇ ਮੋਟੇ ਸਾਡੇ ਮਜ਼ਾਕ ਚੱਲਦੇ ਰਹਿੰਦੇ ਆ
ਕੁਝ ਗੱਲਾਂ ਇਦਾਂ ਦੀ ਹੁੰਦੀਆਂ ਵੀ ਕਿਸੇ ਬੰਦੇ ਨੂੰ ਚੰਗੀਆਂ ਲੱਗਦੀਆਂ, ਕਿਸੇ ਨੂੰ ਮਾੜੀ ਲੱਗਦੀਆਂ। ਮੈਂ ਮਾਫੀ ਮੰਗਣਾ ਜੇ ਕੋਈ ਮੈਂ ਵੱਧ ਘੱਟ ਬੋਲਿਆ ਗਿਆ, ਕਿ ਮੈਂ ਪਹਿਲਾਂ ਇੱਕ ਦੋ ਗੱਲਾਂ ਵਿੱਚ ਸ਼ਾਇਦ ਗਲਤ ਬੋਲੀਆਂ ਤੇ ਮੈਨੂੰ ਮਾਫ ਕਰ ਦਿਓ, ਕਿ ਇਹ ਇੱਕ ਪਿੰਡਾਂ ਵਾਲੀ ਲਾਈਫ ਹੈ, ਉਹਦੇ ਆਧਾਰ 'ਤੇ ਅਸੀਂ ਵੀਡੀਓ ਬਣਾ ਕੇ ਪਾਉਂਦੇ ਹਾਂ। ਕਿਸੇ ਨੂੰ ਸਾਡੀ ਵੀਡੀਓ ਇੰਨੀਆਂ ਚੰਗੀਆਂ ਲੱਗ ਜਾਂਦੀਆਂ, ਕੋਈ ਬੰਦਾ ਛੱਡ ਜਾਂਦਾ, ਕੋਈ ਬੰਦਾ ਵੀ ਦੇਖ ਕੇ ਖਾਣ ਲੱਗ ਜਾਂਦਾ, ਹੋਰ ਹਨਵਿਆਂ ਹਾਂਜੀ ਹਾਂ ਅਸੀਂ ਤਾਂ ਕਹਿੰਦੇ ਛੱਡੇ ਨੂੰ ਚੰਗੀ ਹੈ, ਜਿਹੜੀ ਜਿਹੜਾ ਬੰਦਾ ਛੱਡੇ ਵਧੀਆ ਹੀ ਆ। ਇੱਕ ਆਉਣ ਵਾਲੇ ਟਾਈਮ 'ਚ ਨਾ ਬਾਈ ਗੱਲ ਤੁਹਾਨੂੰ ਮੈਂ ਹੋਰ ਦੱਸੂਗਾ, ਮੈਂ ਨਾ ਹੁਣ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਜੇ ਮੈਂ ਗੱਲ ਛੇੜ ਲਈ, ਕੋਈ ਗੱਲ ਨਹੀਂ ਫਿਰ ਕਦੇ ਦੱਸੂਗਾ। ਮੈਨੂੰ ਨਾ ਵੀ ਤਿੰਨ ਚਾਰ ਮੁੰਡੇ ਸਰਦਾਰ ਮੁੰਡੇ ਜਿਹੜਾ ਨਾ ਬਈ ਟੋਲਾ ਨਹੀਂ ਹੁੰਦਾ, ਮੈਂ ਕਿਹਾ ਪੰਜ ਛੇ ਜਣੇ ਹੋਣੇ ਉਹ ਮੁੰਡੇ ਮੁੰਡੇ ਉਹ ਸਰਦਾਰ ਮੁੰਡੇ ਘੇਰ ਕੇ ਖੜ ਗਏ ਮੈਨੂੰ। ਮੈਂ ਇੱਕ ਵੀਡੀਓ ਪਾਈ ਤੀ ਨੌਨ ਵੈਜ ਦੀ, ਉਹਦੇ ਬਾਰੇ ਸਵਾਲ ਜਵਾਬ ਕਰਨ ਲੱਗ ਗਏ ਮੇਰੇ ਨਾਲ। ਉਹ ਮੈਂ ਕਦੇ ਆਉਣ ਵਾਲੀ ਵੀਡੀਓ 'ਚ ਕਲੀਅਰ ਕਰੂੰਗਾ ਵੀ ਮੈਂ ਉਹਨਾਂ ਨੂੰ ਕਿਆ ਉੱਤਰ ਦਿੱਤਾ। ਮੈਂ ਕਿਹਾ ਵੀ ਲੈ ਵੀ ਅੱਜ ਦਰਸ਼ਨ ਬਾਈ ਮੇਰੀ ਜਿਹੜੇ ਨੇ ਝੇਦਰ ਦੇਣਾ ਮੈਨੂੰ। ਏਦਾਂ ਵੀ ਗੱਲਾਂ ਹੋ ਜਾਂਦੀਆਂ ਕਈ ਵਾਰ, ਏਦਾਂ ਵੀ ਨਵੇਂ ਠੀਕ ਹੈ ਹੋਰ ਕਹਿੰਦਾ ਘਰ ਨੂੰ ਚਲੀ ਜਾਣਾ, ਸੁੱਕੇ ਵੀ ਚੱਲਦੇ ਆ ਤੇ ਗਿੱਲੇ ਵੀ ਚੱਲਦੇ ਆ, ਸਭ ਚੱਲਦੇ ਆ ਸਾਡੇ ਕੋਲ। ਹੈ ਹਾਂ ਵੇ ਗੱਲਾਂ ਚਲੋ ਹਾਂ, ਦੇਖੋ ਲਾਈਫ ਹੈ ਇਹਨੂੰ ਤੁਸੀਂ ਆਪਣੇ ਢੰਗ ਨਾਲ ਜੀਣਾ ਠੀਕ ਹੈ, ਦੁਖੀ ਰਹਿਣ ਦੇ ਵੀ ਕਈ ਇਹ ਲਾਈਫ ਹੈ ਵੀ ਤੁਸੀਂ ਇਹਨੂੰ ਕਿੱਦਾਂ ਜੀਣਾ ਠੀਕ ਹੈ। ਮੈਂ ਤਾਂ ਕਹਿੰਦਾ ਵੀ ਹੱਸਦੇ ਵਸਦੇ ਰਹੋ, ਖੁਸ਼ ਰਹੋ, ਆਪ ਖੁਸ਼ ਰਹੋ, ਦੁਖੀ ਨਾ ਰਹੋ, ਹਾਂ ਦੂਜੇ ਨੂੰ ਵੀ ਖੁਸ਼ ਰੱਖੋ। ਜਿਹੜਾ ਇੱਕ ਤਾਂ ਇੱਕ ਜਿਹੜੀ ਚੀਜ਼ ਹੋਲੀ ਲੰਘ ਗਈ ਬਸ ਉਹਨੂੰ ਭੁੱਲ ਜਾਓ, ਜਿਹੜਾ ਬੰਦਾ ਦੁਖੀ ਹੁੰਦਾ ਉਹ ਵਾਹਿਗੁਰੂ ਦਾ ਨਾਮ ਜਪ ਲੈ ਕਰੋ ਬਸ, ਨਾ ਰੱਬ ਨੂੰ ਆਦ ਰੱਖੋ ਠੀਕ ਨਹੀਂ ਬਈ ਦਰਸ਼ਨ, ਬਿਲਕੁਲ ਜਿਹੜਾ ਦੁਖੀ ਹੁੰਦਾ ਅਜੇ ਹੁਣ ਦੁਖੀ ਮੇਰਾ ਤਾਂ ਜਿਹੜਾ ਮੈਨੂੰ ਪਤਾ ਜਦੋਂ ਮੈਨੂੰ ਗੁੱਸਾ ਕਦੇ ਆਏ ਕਈ ਵਾਰ ਬੰਦਾ ਗੁੱਸਾ ਵੀ ਆ ਜਾਂਦਾ ਨਾ, ਮੈਂ ਕਿਤਾਬਾਂ ਚੱਕ ਕੇ ਪੜ੍ਹਨ ਲੱਗ ਜਾਂਦਾ ਹੁੰਦਾ ਸੀ, ਮੈਂ ਕਿਤਾਬਾਂ ਪੜ੍ਹ ਪੜ੍ਹ ਕੇ ਕਿਤਾਬਾਂ ਪਰ ਗੁੱਸਾ ਉਤਾਰਨਾ ਆਪਣਾ। ਨਿੰਮਾ ਵੀ ਇੱਦਾਂ ਹੀ ਕਰਦਾ, ਮੈਂ ਤਾਂ ਬਾਈ ਵਾਹਿਗੁਰੂ ਨੂੰ ਆਦ ਕਰਦਾ ਜਾਂ ਗੁੱਸਾ ਹੁੰਦਾ ਏ ਬਸ, ਉਸ ਤੋਂ ਬਾਅਦ ਫਿਰ ਆਪਣਾ ਢੈਲਾ ਹੋ ਜਾਂਦਾ। ਅੱਛਾ ਹਾਂ ਚਲੋ ਫਿਰ ਗੱਲਾਂ ਚੱਲਦੀਆਂ ਰਹਿਣੀਆਂ, ਅਸੀਂ ਹੁਣ ਅੱਜ ਦੀ ਵੀਡੀਓ ਬੰਦ ਕਰ ਲੈਂਦੇ ਹਾਂ, ਵੀਡੀਓ ਜ਼ਿਆਦਾ ਲੰਬੀ ਹੋਣੀ, ਆਉਣ ਵਾਲੇ ਟਾਈਮ 'ਚ ਕਈ ਵੀ ਗੱਲ ਕਲੀਅਰ ਕਰੂੰ ਦਰਸ਼ਨ ਬਾਈ, ਕਿਤੇ ਗੱਲ ਯਾਦ ਕਰਾਈ ਫਿਰ ਮੇਰੇ, ਕੋਈ ਗੱਲ ਨਹੀਂ ਹਾਂ, ਫਿਰ ਮੈਂ ਪੂਰੀ ਗੱਲ ਕਲੀਅਰ ਕਰੂੰਗਾ ਮੁੰਡਿਆਂ ਨਾਲ ਮੇਰੀ ਕਿਆ ਗੱਲਬਾਤ ਹੋਈ ਤੇ, ਸ਼ਾਇਦ ਮੈਂ ਲਾਈਵ ਬਲੌਗ 'ਚ ਪਾ ਦੀ ਇਹ ਗੱਲ ਉਹ ਠੀਕ ਆ ਵੀ ਘੇਰ ਕੇ ਖੜ ਕੇ, ਤੇ ਮੈਂ ਕਿਹਾ ਵੀ ਅੱਜ ਨਹੀਂ ਮੇਰੀ ਖੈਰ ਆ ਕਿ ਅੱਜ ਮੇਰਾ ਲੱਗ ਗਿਆ ਨੰਬਰ, ਉਹਨੇ ਕਹਾ ਅੱਜ ਤੇਰੀ ਬਣਾਉਂਦੇ ਵੀਡੀਓ, ਪਰ ਮੁੰਡੇ ਚੰਗੇ ਸਮਝਾ, ਜਦੋਂ ਮੈਂ ਸਮਝਾਈ ਸਾਰੀ ਗੱਲ ਪਈ ਫਿਰ ਉਹ ਸਮਝ ਗਏ ਤੇ ਉਹ। ਚਲੋ ਫਿਰ ਮੇਰੇ ਅੱਜ ਦੀ ਵੀਡੀਓ ਇੱਥੇ ਤੱਕ ਸੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ, ਮਿਲਦਾ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੇਂ, ਚਲੋ ਜੀ ਠੀਕ ਆ ਹਾਂਜੀ ਕਰਦੇ ਦਰਸ਼ਨ ਬਾਈ ਫਿਰ, ਹਾਂ ਓਕੇ।